ਆ ਚੁਣੇ ਹੋਏ ਨੁਮਾਇੰਦਿਆਂ ਤੋਂ ਇਸ ਤਰ੍ਹਾਂ ਦੀ ਗੰਦੀ ਸ਼ਬਦਾਵਲੀ ਮੈਨੂੰ ਲੱਗਦਾ ਚੰਗੀ ਨਹੀਂ ਲੱਗਦੀ। ਲੋਕ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ। ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ, ਰਾਹੁਲ ਗਾਂਧੀ ਜੋ ਹੈ ਉਹ ਹੈ ਦੁਨੀਆ ਜਾਣਦੀ, ਲੇਕਿਨ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣ ਵਾਲਿਆਂ ਦਾ ਕੁਝ ਨਹੀਂ ਬਣਿਆ। ਦੇਖੋ ਜੀ, ਮੁੱਖ ਮੰਤਰੀ ਚਾਹੇ ਉਹ ਕੇਜਰੀਵਾਲ ਸਾਹਿਬ ਨਹੀਂ ਰਹੇ, ਅਲਟੀਮੇਟਲੀ ਤਾਂ ਕੇਜਰੀਵਾਲ ਜੀ ਹੀ ਚਲਾਉਂਦੇ ਨੇ ਸਰਕਾਰ ਨੂੰ। ਪਹਿਲਾਂ ਵੀ ਉਹਨਾਂ ਨੇ ਸਾਰੇ ਅਧਿਕਾਰ ਆਪਦੇ ਡਿਪਟੀ ਚੀਫ ਮਿਨਿਸਟਰ ਨੂੰ ਦੇ ਦਿੱਤੇ ਗਏ ਸਨ। ਸੋ ਮੁੱਖ ਮੰਤਰੀ ਉਹਨਾਂ ਦਾ ਛੱਡਣਾ ਨਾ ਛੱਡਣਾ ਇਹ ਉਹਨਾਂ ਦਾ ਫੈਸਲਾ, ਲੇਕਿਨ ਅਲਟੀਮੇਟਲੀ ਤਾਂ ਉਹੀ ਹੁੰਦਾ ਆਮ ਆਦਮੀ ਪਾਰਟੀ ਦੇ ਵਿੱਚ ਜੋ ਕੇਜਰੀਵਾਲ ਉਹ ਨਹੀਂ ਬਣੇ ਤਾਂ ਦੂਜੇ ਬਣ ਗਏ ਤਾਂ ਮਰਿਆਦਾ ਤਾਂ ਹੁਣ ਤੁਸੀਂ ਦੇਖ ਲਓ। ਬ੍ਰਿਜ ਭੂਸ਼ਣ ਕਹਿੰਦਾ ਇਹਨਾਂ ਦੇ ਗੰਦੇ ਦਿਮਾਗ ਦੀ ਕਹਾਣੀ ਦੱਸਣਾ ਚਾਹੁੰਦੇ। ਬ੍ਰਿਜ ਭੂਸ਼ਣ ਕਹਿ ਰਿਹਾ ਕਿ ਰਾਹੁਲ ਗਾਂਧੀ ਨੇ ਫੋਕਾਟ ਜਿਹੜੀ ਸਾਡੀ ਉਹ ਪਹਿਲਵਾਨ ਹੈ ਉਹਦਾ ਹੱਥ ਫੜ ਲਿਆ ਜੀ। ਇਹ ਕਹਿੰਦਾ ਇਹ ਗਲਤ ਗੱਲ ਨਹੀਂ ਹੈ, ਇਹਨਾਂ ਦਾ ਦਿਮਾਗ ਇੰਨਾ ਗੰਦਾ ਹੈ। ਔਰ ਇਹ ਪਤਾ ਨਹੀਂ ਬੀਜੇਪੀ ਵਾਲੇ ਇਹਨਾਂ ਨੂੰ ਕਿਉਂ ਚਾਰ ਪੰਜ ਬੰਦਿਆਂ ਨੂੰ ਇਹੋ ਜਿਹੀ ਸ਼ਬਦਾਵਲੀ ਵਰਤਣ 'ਤੇ ਰੋਜ਼ ਕਹਿੰਦੇ ਹੈ ਕਿ ਤੁਸੀਂ ਆਪਣੀ ਧੀ ਦਾ ਵੀ ਹੱਥ ਫੜਦੇ ਹੋ, ਤੁਸੀਂ ਆਪਣੀ ਮਾਂ ਦਾ ਵੀ ਹੱਥ ਫੜਦੇ ਹੋ, ਤੁਸੀਂ ਆਪਣੀ ਧਰਮ ਪਤਨੀ ਦਾ ਵੀ ਹੱਥ ਫੜਦੇ ਹੋ, ਆਪਣੀ ਭੈਣ ਦਾ ਵੀ ਫੜਦੇ ਹੋ। ਸੋ ਮੇਰੇ ਕਹਿਣ ਦਾ ਮਤਲਬ ਇਸ ਤਰ੍ਹਾਂ ਦੇ ਵਿਚਾਰਾਂ ਵਾਲੇ ਲੋਕ ਅੱਜ ਹਿੰਦੁਸਤਾਨ ਦੀ ਸਰਕਾਰ 'ਚ ਹੈ, ਔਰ ਬੀਜੇਪੀ ਦੇ ਉਹ ਚਹੇਤੇ ਹੈ, ਚਾਹੇ ਉਹ ਕੰਗਣਾ ਹੈ, ਚਾਹੇ ਉਹ ਬ੍ਰਿਜ ਭੂਸ਼ਣ ਹੈ, ਚਾਹੇ ਉਹ ਬਿੱਟੂ ਹੈ, ਚਾਹੇ ਕੋਈ ਹੋਰ ਐਰਾ ਵਗੈਰਾ। ਮੈਨੂੰ ਲੱਗਦਾ ਚੁਣੇ ਹੋਏ ਨੁਮਾਇੰਦਿਆਂ ਤੋਂ ਇਸ ਤਰ੍ਹਾਂ ਦੀ ਗੰਦੀ ਸ਼ਬਦਾਵਲੀ ਮੈਨੂੰ ਲੱਗਦਾ ਚੰਗੀ ਨਹੀਂ ਲੱਗਦੀ। ਲੋਕ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ। ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ, ਰਾਹੁਲ ਗਾਂਧੀ ਜੋ ਹੈ ਉਹ ਹੈ ਦੁਨੀਆ ਜਾਣਦੀ, ਲੇਕਿਨ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣ ਵਾਲਿਆਂ ਦਾ ਕੁਝ ਨਹੀਂ ਬਣਿਆ। ਦੇਖੋ ਜੀ, ਮੁੱਖ ਮੰਤਰੀ ਚਾਹੇ ਉਹ ਕੇਜਰੀਵਾਲ ਸਾਹਿਬ ਨਹੀਂ ਰਹੇ, ਅਲਟੀਮੇਟਲੀ ਤਾਂ ਕੇਜਰੀਵਾਲ ਜੀ ਹੀ ਚਲਾਉਂਦੇ ਨੇ ਸਰਕਾਰ ਨੂੰ। ਪਹਿਲਾਂ ਵੀ ਉਹਨਾਂ ਨੇ ਸਾਰੇ ਅਧਿਕਾਰ ਆਪਦੇ ਡਿਪਟੀ ਚੀਫ ਮਿਨਿਸਟਰ ਨੂੰ ਦੇ ਦਿੱਤੇ ਗਏ ਸਨ। ਸੋ ਮੁੱਖ ਮੰਤਰੀ ਉਹਨਾਂ ਦਾ ਛੱਡਣਾ ਨਾ ਛੱਡਣਾ ਇਹ ਉਹਨਾਂ ਦਾ ਫੈਸਲਾ ਹੈ, ਲੇਕਿਨ ਅਲਟੀਮੇਟਲੀ ਤਾਂ ਉਹੀ ਹੁੰਦਾ ਆਮ ਆਦਮੀ ਪਾਰਟੀ ਦੇ ਵਿੱਚ ਜੋ ਕੇਜਰੀਵਾਲ ਉਹ ਨਹੀਂ ਬਣੇ ਤਾਂ ਦੂਜੇ ਬਣ ਗਏ ਤਾਂ ਮਰਿਆਦਾ ਤਾਂ ਹੁਣ ਤੁਸੀਂ ਦੇਖ ਲਓ। ਬ੍ਰਿਜ ਭੂਸ਼ਣ ਕਹਿੰਦਾ ਇਹਨਾਂ ਦੇ ਗੰਦੇ ਦਿਮਾਗ ਦੀ ਕਹਾਣੀ ਦੱਸਣਾ ਚਾਹੁੰਦੇ। ਬ੍ਰਿਜ ਭੂਸ਼ਣ ਕਹਿ ਰਿਹਾ ਕਿ ਰਾਹੁਲ ਗਾਂਧੀ ਨੇ ਫੋਕਾਟ ਜਿਹੜੀ ਸਾਡੀ ਉਹ ਪਹਿਲਵਾਨ ਹੈ ਉਹਦਾ ਹੱਥ ਫੜ ਲਿਆ ਜੀ। ਇਹ ਕਹਿੰਦਾ ਇਹ ਗਲਤ ਗੱਲ ਨਹੀਂ ਹੈ, ਇਹਨਾਂ ਦਾ ਦਿਮਾਗ ਇੰਨਾ ਗੰਦਾ ਹੈ। ਔਰ ਇਹ ਪਤਾ ਨਹੀਂ ਬੀਜੇਪੀ ਵਾਲੇ ਇਹਨਾਂ ਨੂੰ ਕਿਉਂ ਚਾਰ ਪੰਜ ਬੰਦਿਆਂ ਨੂੰ ਇਹੋ ਜਿਹੀ ਸ਼ਬਦਾਵਲੀ ਵਰਤਣ 'ਤੇ ਰੋਜ਼ ਕਹਿੰਦੇ ਹੈ ਕਿ ਤੁਸੀਂ ਆਪਣੀ ਧੀ ਦਾ ਵੀ ਹੱਥ ਫੜਦੇ ਹੋ, ਤੁਸੀਂ ਆਪਣੀ ਮਾਂ ਦਾ ਵੀ ਹੱਥ ਫੜਦੇ ਹੋ, ਤੁਸੀਂ ਆਪਣੀ ਧਰਮ ਪਤਨੀ ਦਾ ਵੀ ਹੱਥ ਫੜਦੇ ਹੋ, ਆਪਣੀ ਭੈਣ ਦਾ ਵੀ ਫੜਦੇ ਹੋ। ਸੋ ਮੇਰੇ ਕਹਿਣ ਦਾ ਮਤਲਬ ਇਸ ਤਰ੍ਹਾਂ ਦੇ ਵਿਚਾਰਾਂ ਵਾਲੇ ਲੋਕ ਅੱਜ ਹਿੰਦੁਸਤਾਨ ਦੀ ਸਰਕਾਰ 'ਚ ਹੈ, ਔਰ ਬੀਜੇਪੀ ਦੇ ਉਹ ਚਹੇਤੇ ਹੈ, ਚਾਹੇ ਉਹ ਕੰਗਣਾ ਹੈ, ਚਾਹੇ ਉਹ ਬ੍ਰਿਜ ਭੂਸ਼ਣ ਹੈ, ਚਾਹੇ ਉਹ ਬਿੱਟੂ ਹੈ, ਚਾਹੇ ਕੋਈ ਹੋਰ ਐਰਾ ਵਗੈਰਾ। ਮੈਨੂੰ ਲੱਗਦਾ ਚੁਣੇ ਹੋਏ ਨੁਮਾਇੰਦਿਆਂ ਤੋਂ ਇਸ ਤਰ੍ਹਾਂ ਦੀ ਗੰਦੀ ਸ਼ਬਦਾਵਲੀ ਮੈਨੂੰ ਲੱਗਦਾ ਚੰਗੀ ਨਹੀਂ ਲੱਗਦੀ। ਲੋਕ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ। ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ, ਰਾਹੁਲ ਗਾਂਧੀ ਜੋ ਹੈ ਉਹ ਹੈ ਦੁਨੀਆ ਜਾਣਦੀ, ਲੇਕਿਨ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣ ਵਾਲਿਆਂ ਦਾ ਕੁਝ ਨਹੀਂ ਬਣਿਆ। ਦੇਖੋ ਜੀ, ਮੁੱਖ ਮੰਤਰੀ ਚਾਹੇ ਉਹ ਕੇਜਰੀਵਾਲ ਸਾਹਿਬ ਨਹੀਂ ਰਹੇ, ਅਲਟੀਮੇਟਲੀ ਤਾਂ ਕੇਜਰੀਵਾਲ ਜੀ ਹੀ ਚਲਾਉਂਦੇ ਨੇ ਸਰਕਾਰ ਨੂੰ। ਪਹਿਲਾਂ ਵੀ ਉਹਨਾਂ ਨੇ ਸਾਰੇ ਅਧਿਕਾਰ ਆਪਦੇ ਡਿਪਟੀ ਚੀਫ ਮਿਨਿਸਟਰ ਨੂੰ ਦੇ ਦਿੱਤੇ ਗਏ ਸਨ।
ਸੋ ਮੁੱਖ ਮੰਤਰੀ ਉਹਨਾਂ ਦਾ ਛੱਡਣਾ ਨਾ ਛੱਡਣਾ ਇਹ ਉਹਨਾਂ ਦਾ ਫੈਸਲਾ ਹੈ, ਲੇਕਿਨ ਅਲਟੀਮੇਟਲੀ ਤਾਂ ਉਹੀ ਹੁੰਦਾ ਆਮ ਆਦਮੀ ਪਾਰਟੀ ਦੇ ਵਿੱਚ ਜੋ ਕੇਜਰੀਵਾਲ ਸਰਕਾਰ ਉਹ ਨਹੀਂ ਬਣੇ ਤਾਂ ਦੂਜੇ ਬਣ ਗਏ ਤਾਂ ਕੀ ਰਾਹੁਲ ਗਾਂਧੀ ਨੇ